ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਜੀਵਨ ਇਤਿਹਾਸ ਸਾਰੀ ਦੁਨੀਆ ਨੂੰ ਸੇਧ ਦੇਣ ਵਾਲਾ ਇਤਿਹਾਸ ਹੈ। ਜਿੱਥੇ ਉਹਨਾਂ ਨੇ ਪਾਵਨ ਕੁਰਬਾਨੀ ਦਿੱਤੀ, ਉੱਥੇ ਨਾਲ ਦੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਸੰਪਾਦਨਾ ਵੀ ਕੀਤੀ, ਸੋਹਣੇ ਸੋਹਣੇ ਨਗਰ ਵੀ ਵਸਾਏ। ਸੋ ਕੁਝ ਗੱਲਾਂ ਉਹਨਾਂ ਬਾਰੇ ਅੱਜ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਖਸੀਅਤ ਬਾਰੇ ਕਿ ਭਾਈ ਜੇਠੇ ਦੇ ਲਾਡਲੇ ਲਾਲ ਹੈ ਸਨ, ਭਾਈ ਜੇਠੇ ਦੇ ਲਾਡਲੇ ਲਾਲ ਹੈ ਸਨ, ਮਾਤਾ ਭਾਨੀ ਦੇ ਜਾਏ ਸਨ ਬਾਲ ਅਰਜਨ, ਨਾਨਾ ਗੁਰੂ ਦੀ ਗੋਦ ਵਿੱਚ ਖੇਡ ਖੇਡਾਂ ਮੁੱਢਲੇ ਸਾਲ ਬਿਤਾਏ ਸਨ ਬਾਲ ਅਰਜਨ, ਨਾਨਾ ਗੁਰੂ ਦੀ ਗੋਦ 'ਚ ਖੇਡ ਖੇਡਾਂ ਮੁੱਢਲੇ ਸਾਲ ਬਿਤਾਏ ਸਨ ਬਾਲ ਅਰਜਨ, ਸਮੇਂ ਸਮੇਂ 'ਤੇ ਨਿਕਲੀ ਉਮਰ ਅੰਦਰ ਵਰ ਝੋਲੀ ਪੁਆਏ ਸਨ ਬਾਲ ਅਰਜਨ, ਗੁਰਮਤ ਅਤੇ ਗੁਰਬਾਣੀ ਦੀ ਮਿਲੀ ਗੁੜਤੀ ਆਏ ਧੁਰੋਂ ਵਰਸਾਏ ਸਨ ਬਾਲ ਅਰਜਨ, ਗੁਰਮਤ ਅਤੇ ਗੁਰਬਾਣੀ ਦੀ ਮਿਲੀ ਗੁੜਤੀ ਆਏ ਧੁਰੋਂ ਵਰਸਾਏ ਸਨ ਬਾਲ ਅਰਜਨ, ਤੇ ਬਹਿ ਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ ਦਰਸ਼ਨ ਕਰਿਓ ਬਾਲ ਅਰਜਨ ਦੇ, ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹਨਾਂ ਦੇ ਨਾਨਾ ਜੀ, ਬਹਿ ਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ ਸੁਣ ਰਹੀਆਂ ਸਨ ਦੀਨ ਦਿਆਲ ਤਾਈ, ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਈ, ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਈ, ਦੋਹਿਤਾ ਬਾਣੀ ਕਾ ਬੋਹਿਤਾ ਕਹਿ ਮੁੱਖੋਂ ਵਰ ਦਿੱਤਾ ਸੀ ਨੰਨੇ ਜੈ ਬਾਲ ਤਾਈ, ਤੇ ਨਦਰੀ ਨਦਰ ਸੀ ਕਰ ਨਿਹਾਲ ਦਿੱਤਾ ਭਾਈ ਜੇਠੇ ਦੇ ਨੌ ਨਿਹਾਲ ਤਾਈ, ਨਦਰੀ ਨਦਰ ਸੀ ਕਰ ਨਿਹਾਲ ਦਿੱਤਾ ਭਾਈ ਜੇਠੇ ਦੇ ਨੌ ਨਿਹਾਲ ਤਾਈ। ਤੋ ਸਰੋਤਾ ਜਨੋ, ਸਮੇਂ ਸਮੇਂ ਉੱਤੇ ਪੰਚਮ ਪਾਤਸ਼ਾਹ ਤੇ, ਸਮੇਂ ਸਮੇਂ ਉੱਤੇ ਪੰਚਮ ਪਾਤਸ਼ਾਹ ਤੇ ਦੁੱਖ ਮੁਸੀਬਤਾਂ ਦੇ ਘੋਰ ਆਏ ਸੰਕਟ, ਗੱਦੀ ਬੈਠਣ ਤੋਂ ਪਹਿਲਾਂ ਵੀ ਕਈ ਵਾਰੀ ਗੁਰੂ ਦੋਖੀ ਸਨ ਕਈ ਲਿਆਏ ਸੰਕਟ, ਕੀਤੀ ਗਈ ਸੀ ਜਦੋਂ ਦਸਤਾਰ ਬੰਦੀ ਕਾਲੀ ਘਟਾ ਦੇ ਵਾਂਗ ਸਨ ਛਾਏ ਸੰਕਟ, ਤੇ ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ ਛੋਟੇ ਭਾਈ ਦੇ ਗੱਲ ਪਵਾਏ ਸੰਕਟ, ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ ਤੇ ਛੋਟੇ ਭਾਈ ਦੇ ਗੱਲ ਪਵਾਏ ਸੰਕਟ, ਸਾਧ ਸੰਗ ਜੀਓ ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਗੁਰੂ ਨਜ਼ਰ 'ਚ ਹੋਇਆ ਪ੍ਰਵਾਨ ਜਿਹੜਾ ਕਮਲ ਫੁੱਲ ਦੇ ਵਾਂਗ ਨਿਰਲੇਪ ਰਹਿ ਕੇ
ਗ੍ਰਿਸਤੀ ਜੀਵਨ ਚ ਪੂਰਨ ਇਨਸਾਨ ਜਿਹੜਾ ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ, ਗੁਣਾਂ ਨਾਲ ਭਰਪੂਰ ਗੁਣਵਾਨ ਜਿਹੜਾ ਤੇ ਹਰ ਇੱਕ ਨੂੰ ਵਿਰਸੇ ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ ਹਰ ਇੱਕ ਨੂੰ ਵਿਰਸੇ ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ ਗੁਰੂ ਨਾਨਕ ਦੀ ਗੱਦੀ ਤੇ ਬੈਠ ਕੇ ਤੇ ਕਰਦੇ ਗੁਰਮਤ ਦਾ ਰਹੇ ਪ੍ਰਚਾਰ, ਸਤਿਗੁਰ ਚੜ ਪੈਂਦਾ ਗਿਆਨ ਦਾ ਕੋਈ ਸੂਰਜ, ਕਰਦੇ ਸੰਗਤ ਨਾਲ ਜਦੋਂ ਵਿਚਾਰ, ਸਤਿਗੁਰ ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੁੱਟ ਹੁੰਦੇ, ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੁੱਟ ਹੁੰਦੇ, ਕਹਿੰਦੇ ਸੰਗਤਾਂ ਨੂੰ ਬਾਰੰਬਾਰ ਸਤਿਗੁਰ ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਇਹ ਵੀ ਕਹਿੰਦੇ ਸਨ ਪੰਚਮ ਦਤਾਰ, ਸਤਿਗੁਰ ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਇਹ ਵੀ ਕਹਿੰਦੇ ਸਨ ਪੰਚਮ ਦਤਾਰ ਸਤਿਗੁਰ ਤੋਂ ਪੰਚਮ ਪਿਤਾ ਨੇ ਆਪਣੇ ਸਮੇਂ ਅੰਦਰ, ਗੁਰੂ ਘਰ ਤਿਆਰ ਕਰਵਾਏ ਸੋਹਣੇ, ਦੁਖੀ ਮਨਾਂ ਨੂੰ ਸੁੱਖਾਂ ਦੀ ਮਣੀ ਦੇ ਕੇ ਤਨ ਮਨ ਦੇ ਸੁੱਖ ਪਹੁੰਚਾਏ ਸੋਹਣੇ, ਨਾਮ ਬਾਣੀ ਦੇ ਪਾਰਸ ਦੀ ਸ਼ੋਅ ਦੇ ਕੇ ਪਾਪੀ ਹਿਰਦੇ ਸਨ ਪਾਵਨ ਬਣਾਏ ਸੋਹਣੇ, ਤੇ ਕਥਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ, ਕਥਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ, ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ, ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ।